ਇਹ ਸਾਡੇ ਸਤਿਗੁਰਾਂ ਦਾ ਦੂਸਰਾ ਰੂਪ ਹੈ। ਸੋ ਥਾਨ ਸੁਹਾਵਾ ਰਾਮ ਰਾਜੇ ਜਿੱਥੇ ਜਾਏ ਬਹੇ ਮੇਰਾ ਸਤਿਗੁਰ। ਡਮੇਲੀ ਦੀ ਪਵਿੱਤਰ ਧਰਤੀ, ਸੱਤਵੇਂ ਪਾਤਸ਼ਾਹ ਜੀਆਂ ਦੀ ਚੰਛੋ ਪ੍ਰਾਪਤ ਧਰਤੀ ਤੋਂ ਜਿੰਨੀ ਵੀ ਸੰਗਤ ਅੱਜ ਦੇ ਕਬੱਡੀ ਟੂਰਨਾਮੈਂਟ ਨੂੰ ਟੱਕਣ ਦੇ ਲਈ ਆਈ ਹੈ, ਸਾਡੇ ਟੋਨੀ ਸਾਹਿਬ ਉਹਨਾਂ ਦਾ ਕਲੱਬ ਦੇ ਵੱਲੋਂ ਧੰਨਵਾਦ ਹੈ। ਔਰ ਤੁਹਾਡਾ ਬਹੁਤ ਹੀ ਵੱਡਾ, ਇਹ ਮੈਂ ਕਹਾਂਗਾ ਕਿ ਅੱਜ ਦਾ ਸਮਾਂ ਸੁਭਾਗਾ ਹੈ ਜਿਹੜਾ ਸਤਿਗੁਰਾਂ ਦੀ ਗੋਦ ਦੇ ਵਿੱਚ ਵਿਰਾਜਮਾਨ ਹੋ ਕੇ ਮਾਂ ਖੇਡ ਕਬੱਡੀ ਦਾ ਉਹ ਨਜ਼ਾਰਾ ਤੱਕੋਗੇ ਜਿਸ ਕਬੱਡੀ ਨੂੰ ਜਰਨੈਲ ਹਰੀ ਸਿੰਘ ਨਲੂਏ ਨੇ ਵੀ ਖੇਡਿਆ। ਮੈਂ ਖੁਦ ਆਪਣੀਆਂ ਜਿਹੜੀਆਂ ਜ਼ਰੂਰੀ ਕਾਰਵਾਈਆਂ ਕਰ ਲਵਾਂ, ਬਾਅਦ ਦੇ ਵਿੱਚ ਇਤਿਹਾਸ ਕਬੱਡੀ ਔਰ ਪੰਜਾਬ ਦੀ ਵਿਰਸੇ ਦੀ